Assalamu alaikum. How are you all? Welcome back to Educational Channel PK with a new video. Today I am here not with a new lesson but with a new video, and that is very much funny. Due to coronavirus, teachers are facing some problems, and इस वीडियो में हम वही आपको बताना चाह रहे हैं कि लॉकडाउन की वजह से और कोरोना वायरस की वजह से टीचर्स को कैसे प्रॉब्लम्स फेस करने पड़ रहे हैं. है तो ये रियलिटी, लेकिन इस रियलिटी को भी फन बना दिया गया. तो चले आइए देखते हैं. इस वीडियो को लाइक करें, शेयर करें, सब्सक्राइब करें और बेल आइकन को प्रेस करें. ਸਾਰਾ ਦਿਨ ਮਾਸਕ ਪਾ ਪਾ ਕੇ ਵਿਚਾਰੇ ਤੰਗ ਹੋ ਜਾਂਦੇ. ਫਿਰ ਅਸੀਂ ਕਹਿੰਦੇ ਹਾਂ ਥੋੜ੍ਹੇ ਥੋੜ੍ਹੇ ਨੱਕ ਤੋਂ ਥੱਲੇ ਲਾ ਲਓ, ਤੇ ਪਰ ਲਾਇਓ ਨਾ, ਜੇ ਕੋਈ ਆ ਜਾਵੇ ਤਾਂ ਫਿਰ ਲਾ ਲਿਓ. ਤੇ ਕੋਈ ਹਾਲ ਨਹੀਂ ਬੱਚੇ, ਕੋਈ ਨਹੀਂ ਪਰਹੇਜ਼ ਪਰਹੂਜ਼ ਕਰਦੇ. ਹੋ ਹੀ ਨਹੀਂ ਸਕਦੀ ਤੇ ਅਸੀਂ ਕਰੀਏ ਉਹ ਤੁਹਾਡੇ ਕੋਲੋਂ ਪਰੇ ਪਰੇ ਕਰੀਦਾ, ਮੁੜ ਕੇ ਜੱਪੀਆਂ ਪਾ ਕੇ ਤੁਰੇ ਫਿਰਦੇ ਹੁੰਦੇ ਆ. ਤੇ ਭਲਾ ਬੱਚੇ ਇੱਦਾਂ ਕੰਟਰੋਲ ਹੁੰਦੇ ਆ? ਭਲਾ ਅੱਧੇ ਇਹ ਬੱਚੇ ਸੱਦੋ, 40 ਜਾਂ 20 ਸੱਦੋ ਤੇ 20 ਨਾ ਸੱਦੋ. ਉਹ ਜਿੱਦਾਂ ਜਿਹੜੇ ਨਹੀਂ ਆਉਂਦੇ ਹੁੰਦੇ ਉਹ ਵੀ ਆ ਜਾਂਦੇ ਆ, ਤੇ ਸਾਰਾ ਦਿਨ ਇਹ ਆ ਵੀ ਤੂੰ ਅੱਜ ਨਹੀਂ ਸੀ ਆਉਣਾ ਤੇ ਤੂੰ ਕੱਲ੍ਹ ਆਉਣਾ ਸੀ, ਤੇ ਸਾਰਾ ਦਿਨ ਆ ਹੀ ਸਕੂਲੇ ਚੁਰਿਆ ਰਹਿੰਦਾ. ਤੇ ਸਬਕ ਵੀ ਕੀ ਪੜਾਉਣਾ, ਇੱਕ ਸਬਕ ਨੂੰ ਦੋ ਦਿਨ ਪੜਾਉਣਾ ਨਾ, ਉਹ ਬੱਚਿਆਂ ਦੀ ਸਮਝ 'ਚ ਤੇ ਕਿਹੜਾ ਕੱਲ੍ਹ ਇਹਨਾਂ ਨੂੰ ਪੜ੍ਹਾਇਆ ਪੜ੍ਹਾਇਆ ਸੀ ਤੇ ਇਹਨਾਂ ਨੂੰ ਕਿਹੜਾ ਪੜ੍ਹਾਇਆ ਸੀ, ਬਸ ਆ ਹੀ ਕੁਛ ਰਹਿੰਦਾ. ਮੈਂ ਤਾਂ ਕਹਿੰਦੀ ਉਹ ਹੀ ਖਤਮ ਕਰ ਦੇਣ ਤਾਂ ਚੰਗਾ. ਬੱਚੇ ਉਹਦਾ ਫੈਨਾਂ ਦੇ ਵਿੱਚ ਤਾਂ ਹੁੰਦੇ ਆ, ਇਕੱਠੇ ਹੋ ਗਏ ਬੱਸਾਂ ਦੇ ਵਿੱਚ, ਜਿੱਦਾਂ ਮਰਜ਼ੀ ਆਉਂਦੇ ਮੋਟਰਸਾਈਕਲ ਤੇ ਤਿੰਨ ਤਿੰਨ ਚਾਰ ਚਾਰ ਲੱਦ ਕੇ ਆਉਂਦੇ ਨੇ ਸਕੂਲ ਦੇ ਅੰਦਰ, ਪੜ੍ਹਦੇ ਸਾਰ ਹੀ ਤਿੰਨ ਤਿੰਨ ਫੁੱਟ ਤੇ ਜੀ ਹੋ ਜਾਓ. ਮੇਰੀ ਤਾਂ ਸਮਝ ਤੋਂ ਬਾਹਰ ਕੰਮ ਆ. ਜੇ ਅਫੀਸਰ ਆਉਂਦੇ ਆ ਉਹ ਵੀ ਜੀ ਇਹ ਪਰੇ ਪਰੇ ਹੋਣ, ਨਜ਼ਦੀਕ ਨਾ ਹੋਣ, ਇੱਕ ਤੁਸੀਂ ਚੀਜ਼ ਨਾ ਲੈਣ, ਉਹ ਅਗਲੇ ਰੋਟੀਆਂ ਕੱਟੀਆਂ ਕਰਾਈਏ ਤੇ ਭਲਾ ਨਰਸੀ ਤੇ ਬੱਚੇ ਨਿੱਕੇ ਨਿੱਕੇ ਭਲਾ ਪਰਹੇਜ਼ ਕਰਦੇ ਆ. ਬਸ ਇੱਦਾਂ ਜਾਂ ਤੁਰਿਆ ਜਾਂਦਾ ਕੰਮ, ਹੋਰ ਤਾਂ ਕੋਈ ਨਹੀਂ ਮਸਲਾ. ਹਾਈ ਯਾਰ, ਜਿਹੜਾ ਇੱਕ ਦਿਨ ਬੱਚੇ ਹੋਣ ਤੇ ਇੱਕ ਦਿਨ ਨਹੀਂ ਹੋਣ. ਬੱਚਿਆਂ ਨੂੰ ਬੜਾ ਪਤਾ ਲੱਗਦਾ, ਅੱਜ ਮੈਂ ਸਮਾਂ ਦੇਖ ਕੇ ਦਿੱਤਾ ਕਿ ਆਹ ਦਿਨ ਤੁਸੀਂ ਆਉਣਾ ਤੇ ਆਹ ਦਿਨ ਨਹੀਂ ਆਉਣਾ. ਪਤਾ ਨਹੀਂ ਹੁਣ ਸਵੇਰ ਨੂੰ ਕੀ ਕਰਦੇ ਆ, ਰੋਜ਼ ਹੀ ਸਾਰੇ ਬੱਚੇ ਆਏ ਹੁੰਦੇ ਆ.